बड़ भागी सिख
गुण सांझ करा गुर सतगुर बोले हर नाम सतगुरु बोले हर नाम का गुरु सिखा मन हर प्रीत है गुर सिखा मन हर प्रीत है गुर पूजन हर नाम वणज रंग हर नाम वणज रंग ला हर नाम ले जा ला हर नाम ले जा हर दर के भाव हर दर के भाव हर दर के गुर सतगुर बोले हर नाम का गुर सतगुर हर नाम का
गुण सांझ करा भागी सिख गुण सांझ करा गुण सतगुर बोल हर नाम का गुर
सतगुर बोहिल हर नाम का वडभागी सिख गुण सांझ करावे बोहिल हर नाम का सतगुर शाह सतगुर शाह सिख बन जा रे सिख बन जा रे हर अमृत भगत भंडार है हर अमृत भगत भंडार है गुर सतगुर पासे राम राजे गुर सतगुर पासे राम राजे ओथे अमृत वंडी है सतगुर बोहल हर नाम का ओथे अमृत वंडी है हर अमृत भगत भंडार है गुर सतगुर पासे राम राजे गुर सतगुर सच्चा शाह है सतगुर शाह सिख बन जा रे गुर सतगुर सच्चा शाह है सिख दे सिख दे हर नसे धन धन बन जा रावण जो है धन धन बन जा रावण जो है शाह व्यापारी एक थाट एक वणज विच व्यापार विच खरीदो फरोखत विच लेन देन विच जरूरी शर्त है दुकानदार शाह ते खरीददार वणजारा उन्हां दे विचार मिलते होण सिद्धांत एक हो जे खरीदन वाला कुछ होर खरीदन आवे ते शाह कोल ओ वस्तु ना होवे तद भी व्यापार सिरे नहीं चढ़दा ते जे शाह कोल जेड़ी वस्तु है उस दी लोड़ खरीददार नू महसूस ना होवे तद भी सौदा सिरे नहीं चढ़दा इसलिए गुरु ने एक लफ्ज़ विच फैसला दे दिता कहन लगे शाह व्यापारी एक थाट उनका एक सिद्धांत हो एक विचारधारा होवे
ਹੁਣ ਜਿਸ ਸ਼ਾਹ ਤੇ ਵਪਾਰੀ ਦਾ ਜ਼ਿਕਰ ਹੈ ਜਿਨ੍ਹਾਂ ਦੇ ਇੱਕੋ ਥਾਟ ਦੀ ਗੱਲ ਹੈ, ਉਹ ਦੋਵਾਂ ਦਾ ਨਾਂ ਹੈ ਗੁਰੂ ਤੇ ਸਿੱਖ। ਫੈਸਲਾ ਬਾਣੀ ਦਾ ਕਹਿੰਦੇ ਨੇ ਸਤਿਗੁਰ ਸ਼ਾਹ ਸਤਿਗੁਰ ਸ਼ਾਹ ਸਿੱਖ ਬਣ ਜਾ ਸਿੱਖ ਬਣ ਜਾ ਹਰ ਅੰਮ੍ਰਿਤ ਭਗਤ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ਉਹਦੇ ਕੋਲ ਹੈ ਤੇ ਥੋੜਾ ਵੀ ਨਹੀਂ ਭੰਡਾਰ ਹੈ। ਆ ਬੋਹਲ ਲਫ਼ਜ਼ ਕੀ ਹੈ ਜ਼ਿਮੀਂਦਾਰ ਜਦੋਂ ਖੇਤੀ ਸਿਰੇ ਚੜ੍ਹਦੀ ਹੈ ਨਾ ਅਖੀਰ ਦਾ ਰੂਪ ਕੀ ਹੈ ਬੋਲ ਘਰ ਆਉਂਦਾ ਹੈ ਤੇ ਬੋਲ ਜਿਹੜਾ ਹੈ ਉਸ ਅਨਾਜ ਉਸ ਖੇਤੀ ਉਸ ਫਸਲ ਦਾ ਇੱਕ ਬਹੁਤਾਤ ਰੂਪ ਹੈ ਅਣਗਿਣਤ ਰੂਪ ਹੈ ਅਜੇ ਤੱਕ ਤੋਲਿਆ ਨਹੀਂ ਹੁੰਦਾ। ਗੁਰੂ ਕੋਲ ਅਤੁੱਲ ਬੋਲ ਹੈ ਬਹੁਤੇ ਗੁਣ ਨੇ ਸਤਿਗੁਰ ਗੁਣੀ ਨਿਧਾਨ ਹੈ ਤੇਰੇ ਗੁਣ ਬਹੁਤੇ ਤੇਰੇ ਕੋਲ ਬਹੁਤੇ ਗੁਣ ਨੇ ਬੋਲ ਹੈ ਗੁਣਾਂ ਦਾ ਤੇ ਵੱਡੇ ਭਾਗਾਂ ਵਾਲਾ ਕੋਈ ਸਿੱਖ ਉਸ ਬੋਹਲ ਦਾ ਸਾਂਝੀ ਭਾਵ ਉਸੇ ਦਾ ਵਪਾਰ ਕਰਨ ਵਾਸਤੇ ਆਉਂਦਾ ਹੈ। ਫੈਸਲਾ ਬਾਣੀ ਦਾ ਕੈਸਾ ਰੂਪ ਚਿਤਰਿਆ ਕਹਿੰਦੇ ਨੇ ਸਤਿਗੁਰ ਬੋਹਲ ਹਰ ਨਾਮ ਕਾ ਗੁਰ ਸਤਿਗੁਰ ਬੋਹਲ ਹਰ ਨਾਮ ਕਾ ਵੱਡ ਭਾਗੀ ਸਿੱਖ। ਇੱਥੇ ਇੱਕ ਹੋਰ ਗੱਲ ਵੀ ਕਲੀਅਰ ਹੋ ਗਈ। ਪਹਿਲੇ ਬੋਹਲ ਦਾ ਨਾਮ ਲਿਆ ਨੇ ਤੇ ਉਹਨੂੰ ਨਾਮ ਆਖਿਆ ਨੇ ਸਤਿਗੁਰ ਬੋਹਲ ਹਰ ਨਾਮ ਕਾ। ਫਿਰ ਉਹਦਾ ਦੂਜਾ ਨਾਮ ਲਿਆ ਨੇ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ। ਇਹਦਾ ਮਤਲਬ ਨਾਮ ਗੁਣ ਹੈ ਉਹ ਗੁਣਾਂ ਦੀ ਸਾਂਝ ਕਰਦਾ ਹੈ। ਇਹੋ ਹੀ ਨਾਮ ਹੈ ਇਹੋ ਹੀ ਅੱਜ ਜਿਹੜਾ ਸਤਿਗੁਰੂ ਦੀ ਬਾਣੀ ਦਾ ਇੱਕ ਲਫਜ਼ ਆਇਆ ਨਾ ਕਿ ਗੁਰੂ ਸਿੱਖ ਸਿੱਖ ਗੁਰੂ ਹੈ। ਇਸ ਗੱਲ ਨੂੰ ਵੀ ਸਮਝਣਾ ਹੈ ਗੁਰੂ ਤੇ ਸਿੱਖ ਦੀ ਅਭੇਦਤਾ ਕੀ ਉਹ ਅਭੇਦਤਾ ਹੈ ਸ਼ਾਹ ਵਪਾਰੀ ਏਕੇ ਥਾਟ ਦੀ ਅਭੇਦਤਾ ਕੀ ਜਿਹੜੇ ਗੁਣ ਗੁਰੂ ਵਿੱਚ ਨੇ ਉਹ ਸਾਰੇ ਗੁਣ ਸਿੱਖ ਕੋਲ ਆ ਜਾਂਦੇ ਨੇ ਸਿੱਖ ਕਿਉਂਕਿ ਉਸੇ ਦਾ ਗੁਣਾਂ ਦਾ ਹੀ ਸਾਂਝੀ ਹੁੰਦਾ ਹੈ। ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਉਹ ਉਦੋਂ ਸਾਂਝੀ ਹੁੰਦਾ। ਗੁਰੂ ਨੂੰ ਸਤਿਗੁਰੂ ਨੇ ਬਾਣੀ ਵਿੱਚ ਵੀ ਆਖਿਆ ਕਹਿਣ ਲੱਗੇ ਰੱਬ ਨੇ ਜਦੋਂ ਜੀਵਨ ਦਿੱਤਾ ਹੈ ਨਾ ਮਨੁੱਖ ਨੂੰ ਮਨੁੱਖ ਜਿਹੜਾ ਇਹ ਰੱਬ ਦਾ ਪੁੱਤਰ ਹੈ ਹਰ ਜੀ ਪਿਤਾ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ। ਅੱਗੇ ਜਾ ਕੇ ਇੱਕ ਤੁੱਕ ਹੈ ਜਿਹੜੀ ਸਮਝਣੇ ਲਾਈਨ ਉੱਥੇ ਜਾ ਕੇ ਇਹ ਕਹਿੰਦੇ ਨੇ ਸਾਂਝੀ ਗੁਰ ਨਾਲ ਬਹਾ ਲਿਆ ਆਪਣੇ ਬੱਚੇ ਨੂੰ ਕਿਸੇ ਬਿਜ਼ਨਸ ਵਿੱਚ ਪਾਉਣਾ ਹੋਵੇ ਤਾਂ ਪਿਤਾ ਸੋਚਦਾ ਹੈ ਵੀ ਕਿਤੇ ਖਤਾ ਨਾ ਖਾ ਜਾਏ ਫੇਲ ਨਾ ਹੋ ਜਾਏ ਮਤ ਇਹਨੂੰ ਇਸ ਬਿਜ਼ਨਸ ਦਾ ਸੌਦੇ ਦਾ ਪਤਾ ਹੀ ਨਾ ਹੋਵੇ ਇਸ ਲਈ ਉਹ ਕਿਸੇ ਸਿਆਣੇ ਬਿਜ਼ਨਸਮੈਨ ਦਾ ਇੱਕ
ਸਾਂਝੀ ਬਣਾ ਦਿੰਦਾ। ਲੈ ਪਹਿਲਾਂ ਤੂੰ ਇਹਦੇ ਅਧੀਨ ਕੰਮ ਕਰ ਤਾਂ ਕਿ ਤੈਨੂੰ ਸਾਰਾ ਪਤਾ ਲੱਗ ਜਾਏ। ਅਤੇ ਗੁਰੂ ਕਹਿੰਦੇ ਨੇ ਮੇਰੇ ਰੱਬ ਨੇ ਮੈਨੂੰ ਗੁਰੂ ਨਾਲ ਸਾਂਝੀ ਬਣਾ ਦਿੱਤਾ। ਆਖਿਆ ਗੁਰੂ ਨੂੰ ਗੁਣਾਂ ਦਾ ਪਤਾ, ਉਹਦੇ ਕੋਲ ਜੁਗਤ ਹੈ ਜੀਵਨ ਦੀ, ਤੂੰ ਆਪਣਾ ਜੀਵਨ ਉਹਦੇ ਨਾਲ ਸਾਂਝਾ ਕਰ ਲੈ, ਤੈਨੂੰ ਜਿਉਣਾ ਆ ਜਾਏਗਾ, ਤੇਰੇ ਕੋਲ ਗੁਣ ਆ ਜਾਣਗੇ। ਸਾਂਝੀ ਗੁਰ ਨਾਲ ਬਹਾ ਲਿਆ, ਸਰਬ ਸੁਖ ਪਾਇਕ ਗੁਰੂ ਨਾਲ ਸਾਂਝੀ ਬਣਾ ਦਿੱਤਾ। ਅਤੇ ਉਹ ਸਾਂਝ ਕੀ ਸੀ, ਉਸੇ ਦਾ ਜ਼ਿਕਰ ਇਸ ਸ਼ਬਦ ਵਿੱਚ ਆਇਆ। ਕਹਿਣ ਲੱਗੇ ਗੁਰ ਸਤ ਗੁਰ ਬੋਹਲ ਹਰ ਨਾਮ ਕਾ ਵੱਡ ਭਾਗੀ ਸਿੱਖ, ਵੱਡ ਭਾਗੀ ਸਿੱਖ ਗੁਣ ਸਾਂਝ ਕਰਾਵੇ। ਗੁਣਾਂ ਦੀ ਸਾਂਝ, ਤਰਤੀਬ ਦੀ ਸਾਂਝ। ਹੁਣ ਉਹ ਜੁਗਤੀ ਉਹ ਗੁਣ ਕਹਿੰਦੇ ਦੇਖਣੇ ਪੈਣਗੇ ਗੁਰੂ ਕੋਲ ਕਿਹੜੇ ਨੇ। ਪਿਛਲੇ ਹਫ਼ਤੇ ਇਹੋ ਮਸਲਾ ਆਇਆ ਸੀ, ਉਸ ਨੂੰ ਲੈ ਕੇ ਮੈਂ ਅੱਗੇ ਤੁਰ ਰਿਹਾ। ਉਹ ਇਹ ਸੀ ਵੀ ਗੁਰੂ ਕਿੱਡਾ ਮਹਾਨ ਹੈ, ਉਹਦੇ ਸਾਹਮਣੇ ਉਹਦੇ ਗੁਣਾਂ ਨੂੰ ਵੇਖ ਕੇ ਹੈਰਾਨ ਹੋਈਦਾ ਹੈ ਵੀ ਜਿੱਥੇ ਉਹ ਅੰਮ੍ਰਿਤ ਦਾਤਾ ਹੈ, ਅੰਮ੍ਰਿਤ ਦੀਆਂ ਵਸਤੂਆਂ ਵੀ ਸਾਰੀਆਂ ਗੁਣਾਂ ਰੂਪ ਵਿੱਚ ਨੇ। ਸਾਡਾ ਦੁਖਾਂਤ ਕੀ ਹੈ, ਅਸੀਂ ਗੁਣਾਂ ਦੀ ਬਜਾਏ ਜਿਹੜੀ ਚੀਜ਼ ਦਿਸਦੀ ਹੈ ਉਸ ਨੂੰ ਆਪਣੇ ਜੀਵਨ ਦਾ ਸਹਾਰਾ ਬਣਾ ਲੈਂਦੇ। ਹੁਣ ਗੁਰੂ ਤਾਂ ਆਪਣੇ ਆਪ ਵਿੱਚ ਵੀ ਸਰੀਰ ਨਹੀਂ, ਉਹ ਕਹਿੰਦਾ ਨਹੀਂ ਸਰੀਰ ਗੁਰੂ ਨੇ, ਸ਼ਬਦ ਗੁਰੂ। ਅਤੇ ਸ਼ਬਦ ਕੀ ਹੈ, ਗੁਣ। ਮੈਂ ਬਲਕਿ ਹੈਰਾਨ ਹੁੰਦਾ ਜਦੋਂ ਗੁਰਬਾਣੀ ਦੀ ਇਹ ਤੁੱਕ ਮੇਰੇ ਸਾਹਮਣੇ ਆਉਂਦੀ ਕਿ ਜੋਤ ਉਹ ਜੁਗਤ ਸਾਏ ਸਾਏ ਕਾਇਆ ਫੇਰ ਪਲਟੀ ਹੈ। ਕਾਇਆ ਤਾਂ ਪਲਟਦੀ ਰਹੀ ਔਰ ਹਰ ਕਾਇਆ ਦਾ ਦੂਜੀ ਕਾਇਆ ਨਾਲੋਂ ਫਰਕ ਵੀ ਸੀ। ਗੁਰੂ ਨਾਨਕ ਆਪਾਂ ਜੇ ਫੋਟੋਆਂ ਵੇਖੀਏ ਤਾਂ ਉਹ ਕਾਇਆ ਦੀਆਂ ਨੇ, ਸ਼ਬਦ ਦੀ ਫੋਟੋ ਤਾਂ ਬਣਦੀ ਨਹੀਂ। ਅਤੇ ਜਦੋਂ ਕਾਇਆ ਦੀਆਂ 10 ਫੋਟੋਆਂ ਜਿਨ੍ਹਾਂ ਭਾਵੇਂ ਕਲਪਨਾ ਨਾਲ ਬਣਾਈਆਂ ਜਿਨ੍ਹਾਂ ਨੇ ਬਣਾਈਆਂ ਨੇ ਉਹਨਾਂ ਨੂੰ ਫਰਕ ਰੱਖਣਾ ਪਿਆ ਤਾਂ ਹੀ ਪਛਾਣ ਹੋਵੇਗੀ ਆ ਗੁਰੂ ਨਾਨਕ ਦੀ ਫੋਟੋ ਹੈ, ਗੁਰੂ ਅੰਗਦ ਸਾਹਿਬ ਦੀ ਫੋਟੋ ਹੈ, ਗੁਰੂ ਅਮਰਦਾਸ। ਇਹਦਾ ਮਤਲਬ ਕਾਇਆ ਵਿੱਚ ਫਰਕ ਹੈ। ਗੁਰੂ ਅਮਰਦਾਸ ਸਾਹਿਬ ਇੰਨੇ ਬਿਰਧ ਅਵਸਥਾ ਵਿੱਚ ਗੁਰੂ ਘਰ ਵਿੱਚ ਆਏ ਨੇ, ਉਹਨਾਂ ਨੂੰ ਬਚਪਨ, ਅਜੇ ਗੁਰੂ ਨਾਨਕ ਦਾ ਬਚਪਨ ਦਿਖਾਇਆ ਜਾ ਸਕਦਾ, ਉਹਨਾਂ ਦਾ ਬਚਪਨ ਤਾਂ ਨਹੀਂ ਦਿਖਾਇਆ ਜਾ ਸਕਦਾ। ਗੁਰੂ ਰਾਮਦਾਸ ਸਾਹਿਬ ਦਾ ਦਾੜਾ ਲੰਬਾ ਦਿਖਾਉਣਗੇ ਤਾਂ ਪਤਾ ਲੱਗੇਗਾ ਵੀ ਇਹ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਹੈ। ਤਾਂ ਹਰ ਗੁਰੂ ਦੀ ਕਾਇਆ ਵਿੱਚ ਅੰਤਰ ਹੈ। ਦਸਾਂ ਗੁਰੂਆਂ ਤੱਕ ਚਲੇ ਜਾਓ, ਹਰ ਕਾਇਆ ਦੇ ਫੋਟੋ ਨੂੰ ਵੇਖਦੇ ਹੀ ਪਤਾ ਲੱਗ ਜਾਏਗਾ ਇਹ ਫਲਾਣੇ ਗੁਰੂ ਦੀ ਫੋਟੋ ਹੈ। ਜੇ ਕਾਇਆ ਨੂੰ ਗੁਰੂ ਮੰਨੀਏ ਤਾਂ ਇੱਕ ਇੱਕ ਨਹੀਂ ਹੋ ਸਕਦੇ, ਪਰ ਉਹਦੇ ਅੰਦਰ ਗੁਰੂ ਕਹਿੰਦੇ ਨੇ ਜੋਤ ਇੱਕ ਹੈ, ਕਾਇਆ ਵੱਖਰੀਆਂ ਵੱਖਰੀਆਂ ਨੇ। ਇਹਦਾ ਮਤਲਬ ਕਾਇਆ ਗੁਰੂ ਨਹੀਂ। ਜੇ ਅਸੀਂ ਇੱਕ ਗੁਰੂ ਆਖਾਂਗੇ ਕਿ ਇੱਕੋ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਅਤੇ ਇੱਕੋ ਆਖਾਂਗੇ ਅਤੇ ਫਿਰ ਦਸਾਂ ਗੁਰੂਆਂ ਦੀਆਂ ਕਾਇਆ ਨੂੰ ਗੁਰੂ ਮੰਨ ਲਈਏ ਅਤੇ ਫਿਰ ਤਾਂ ਫਿਰ ਮੁਸ਼ਕਿਲ ਹੀ ਬਣ ਜਾਏਗੀ, ਸਾਰਿਆਂ ਦੀ ਕਾਇਆ ਵੱਖਰੀ। ਪਰ ਗੁਰੂ ਫੈਸਲਾ ਦਿੰਦੇ ਨੇ, ਕਹਿੰਦੇ ਨੇ ਜੋਤ ਉਹ ਜੁਗਤ ਸਾਏ, ਕਹਿੰਦੇ ਨੇ ਜੋਤ ਤਾਂ ਵਿੱਚ ਇੱਕੋ ਹੈ। ਇਹਦਾ ਮਤਲਬ ਗੁਰੂ ਜੋਤ ਹੈ ਜਿਹੜਾ ਇੱਕ ਹੈ, ਉਹ ਹਰ ਕਾਇਆ ਵਿੱਚ ਰਹਿੰਦਾ। ਜੇ ਅਸੀਂ ਜੋਤ ਨੂੰ ਗੁਰੂ ਮੰਨਾਂਗੇ ਤਾਂ ਫਿਰ ਹਰ ਥਾਂ 'ਤੇ ਇੱਕੋ ਹੈ।
ਇਸੇ ਤਰ੍ਹਾਂ ਗੁਣ ਜਿਹੜੇ ਨੇ ਉਹ ਵੀ ਅਦੇਖ ਨੇ, ਹਰ ਇੱਕ ਵਿੱਚ ਇੱਕੋ ਨੇ। ਜੇ ਗੁਰੂ ਦੂਜੇ ਕਾਇਆਂ ਵਿੱਚ ਜਾਂਦਾ ਹੈ ਤੇ ਗੁਣ ਰੂਪ ਹੋ ਕੇ ਜਾਂਦਾ ਹੈ, ਜਿਹੜੇ ਗੁਣ ਗੁਰੂ ਨਾਨਕ ਵਿੱਚ ਨੇ ਉਹੋ ਹੀ ਗੁਣ ਗੁਰੂ ਅੰਗਦ ਸਾਹਿਬ ਵਿੱਚ ਆ ਗਏ ਨੇ। ਇਉਂ ਗੁਰੂ ਸਿੱਖ, ਕਦੀ ਬਾਬਾ ਲਹਿਣਾ ਸਿੱਖ ਸੀ, ਉਹ ਗੁਰੂ ਕਿਵੇਂ ਬਣ ਗਿਆ? ਉਹਦੀ ਕਾਇਆ ਨਹੀਂ ਬਦਲੀ, ਉਹਦੀ ਸ਼ਕਲ ਨਹੀਂ ਬਦਲੀ, ਸਾਨੂੰ ਵਿਚਾਰ ਕਰਨੀ ਪਏਗੀ। ਹਾਂ, ਸੁਭਾਅ, ਵਿਚਾਰਧਾਰਾ, ਗੁਣ ਬਦਲ ਗਏ। ਜਿਹੜੇ ਪਹਿਲਾਂ ਦੇਵੀ ਦੇ ਚਾਲੇ ਜਾਂਦੇ ਸਨ, ਹੋ ਹੁਣ ਅਰਾ ਦੇ ਓਂਕਾਰ ਸਾਚਾ ਨਾਲ ਜੁੜ ਗਏ। ਵਿਚਾਰਧਾਰਾ, ਗੁਣ ਜਿਹੜੇ ਨੇ ਉਹ ਇੱਕ ਨੇ, ਤੇ ਉਹੋ ਹੀ ਚੀਜ਼ ਸਿੱਖ ਤੇ ਗੁਰੂ ਨੂੰ ਇੱਕ ਕਰਦੀ ਹੈ। ਗੁਰੂ ਸਿੱਖ, ਸਿੱਖ ਗੁਰੂ ਹੈ। ਸਿੱਖ ਸਰੀਰ ਕਰਕੇ ਗੁਰੂ ਨਹੀਂ ਬਣਦਾ, ਆਹ ਵੀ ਇੱਕ ਭੁਲੇਖ ਹੈ ਸਾਡਾ। ਅਸੀਂ ਦੁਖਾਂਤ ਆਪਣੇ ਕਿਉਂ ਭੋਗ ਰਹੇ ਹਾਂ? ਕਿਉਂਕਿ ਅਸੀਂ ਗੁਰਬਾਣੀ ਦੀ ਗਹਿਰਾਈ ਵਿੱਚ ਨਹੀਂ ਜਾ ਰਹੇ। ਅਸੀਂ ਕਾਇਆ ਦੇ ਸਰੀਰ ਦੇ ਪਹਿਰਾਵੇ ਨੂੰ ਸਿੱਖ ਬਣਾ ਲਿਆ। ਮੈਂ ਹੈਰਾਨ ਇਸ ਗੱਲ ਤੇ ਹੁੰਦਾ, ਆਹ ਹੁਣ ਹੀ ਅੱਜ ਕੱਲ੍ਹ ਦੇ ਦਿਨਾਂ ਦੇ ਹੈਲਮਟ ਦੇ ਵਿਚਾਰ ਚੱਲ ਰਹੀ, ਉਹਦੇ ਤੇ ਵਿਚਾਰਾਂ ਹੋ ਰਹੀਆਂ। ਪਰ ਕਿੱਡੀ ਅਜੀਬ ਗੱਲ ਹੈ, ਪਹਿਨਣਾ ਹੈ ਕਿ ਨਹੀਂ ਪਹਿਨਣਾ, ਇਸ ਦੇ ਫੈਸਲੇ ਕਰਨ ਲਈ ਮਨੁੱਖ ਉਤਾਵਲਾ ਹੈ। ਪਰ ਉਸ ਜਿਸ ਤੇ ਹੈਲਮਟ ਪਹਿਨਣਾ, ਉਸ ਸਿਰ ਵਿੱਚ ਗੁਰੂ ਦਾ ਸਿਧਾਂਤ ਹੈ ਕਿ ਨਹੀਂ, ਜਾਂ ਪਾਉਣਾ ਜਾਂ ਗੁਰਬਾਣੀ ਵਸਾਉਣੀ, ਉੱਧਰ ਕੋਈ ਵਿਚਾਰਧਾਰਾ ਨਹੀਂ। ਕਿਉਂਕਿ ਮਨੁੱਖ ਜਿਹੜਾ ਹੈ ਕੇਵਲ ਕਾਇਆ ਨੂੰ ਹੀ ਸਭ ਕੁਝ ਸਮਝ ਬੈਠਾ ਹੈ। ਅਤੇ ਜੇ ਕਾਇਆ ਹੋਵੇ ਤਾਂ ਉਹ ਤਾਂ ਗੁਰੂਆਂ ਦੀ ਵੀ ਸਾਰਿਆਂ ਦੀ ਇੱਕ ਨਹੀਂ ਹੋ ਸਕੀ, ਬੜੀ ਮੁਸ਼ਕਲ ਬਣ ਗਈ। ਇੱਥੇ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ ਦਾ ਮਸਲਾ ਹੈ। ਜੇ ਅਸੀਂ ਗੁਣ ਦੀ ਸਾਂਝ ਦਾ ਵੇਖਾਂਗੇ ਫਿਰ ਗੁਰੂ ਅਤੇ ਸਿੱਖ ਇੱਕ ਹੋ ਜਾਏਗਾ। ਜੇ ਬਾਬਾ ਲਹਿਣਾ ਗੁਰੂ ਅੰਗਦ ਸਾਹਿਬ ਬਣ ਸਕਦਾ ਤਾਂ ਸਿੱਖ ਤੋਂ ਗੁਰੂ ਬਣਿਆ ਨਾ, ਤਾਂ ਹੀ ਬਣੇਗਾ ਜੇ ਗੁਣਾਂ ਦੀ ਸਾਂਝ ਦਾ। ਸਤਿਗੁਰੂ ਨੇ ਬਾਣੀ ਵਿੱਚ ਇਸੇ ਲਈ ਇੱਕ ਗੱਲ ਆਖ ਦਿੱਤੀ, ਕਹਿਣ ਲੱਗੇ ਰਹਿਤ ਔਰ ਕਛ ਔਰ ਕਮਾਵਤ, ਕਿਉਂਕਿ ਉੱਥੇ ਗੁਣ ਨੇ। ਮਨ ਨਹੀਂ ਪ੍ਰੀਤ, ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਹੁਣ ਅਗਲੀ ਲਾਈਨ ਪੜੋ, ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਪੀਨ। ਬਾਹਰ ਦੇ ਭੇਖ ਨਾਲ ਰੱਬ ਗੁਰੂ ਨਹੀਂ ਰੀਝਦਾ, ਕਿਉਂਕਿ ਉਹ ਤਾਂ ਕਾਇਆ ਦਾ ਹੈ। ਮੈਂ ਇੱਕ ਵਾਰ ਕੀਤੀ ਸੀ, ਭੇਖ ਬਾਣਾ ਜਿਹਨੂੰ ਆਪਾਂ ਆਖਦੇ ਹਾਂ ਦੂਜੇ ਲਫ਼ਜ਼, ਜੇ ਬਾਣੀ ਨਹੀਂ ਤਾਂ ਬਾਹਰ ਦਾ ਭੇਖ ਹੈ। ਬਾਣੀ ਜਿਸ ਦੇ ਹਿਰਦੇ ਵਿੱਚ ਵਸਦੀ ਹੈ ਉਸੇ ਦੇ ਬਾਹਰ ਨਿਸ਼ਾਨ ਦੀ ਲੋੜ ਹੈ। ਮੈਂ ਇੱਕ ਵਾਰ ਐਗਜ਼ਾਮਪਲ ਦਿੱਤੀ ਸੀ, ਗੁਰਦੁਆਰਿਆਂ ਵਿੱਚ ਨਿਸ਼ਾਨ ਸਾਹਿਬ ਅਸੀਂ ਕਿਉਂ ਚੜ੍ਹਾਉਂਦੇ ਹਾਂ? ਤਾਂ ਕਿ ਦੂਰੋਂ ਪਤਾ ਲੱਗੇ ਇਸ ਇਮਾਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਇਹ ਗੁਰਦੁਆਰਾ ਹੈ। ਅਤੇ ਜੇ ਅੰਦਰ ਪ੍ਰਕਾਸ਼ ਨਾ ਹੋਵੇ, ਬਾਹਰ ਨਿਸ਼ਾਨ ਸਾਹਿਬ ਚਲਾ ਦੇਈਏ, ਉਹਦਾ ਕੋਈ ਅਰਥ ਹੋਵੇਗਾ? ਨਿਸ਼ਾਨ ਸਾਹਿਬ ਬਾਅਦ ਵਿੱਚ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾਂ। ਇਸ ਲਈ ਬਾਣਾ ਦੂਜੀ ਅਵਸਥਾ ਹੈ, ਪਹਿਲਾਂ ਬਾਣੀ, ਬਾਣੀ ਗੁਰੂ ਹੈ। ਪਰ ਸਾਡਾ ਦੁਖਾਂਤ ਕੀ ਹੈ, ਅਸੀਂ ਕੇਵਲ ਬਾਣੇ ਨੂੰ, ਜਿਵੇਂ ਇਕੱਲੇ ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਜਾਂਦੇ ਹਾਂ, ਨਿਸ਼ਾਨ ਸਾਹਿਬ ਦੀਆਂ ਪਰਿਕਰਮਾ ਕਰੀ ਜਾਂਦੇ, ਅੱਜ ਵੀ ਕਰਦੇ ਹਾਂ।
निशान साहब दी परिक्रमा करी जाने आ। वो बाणा है साडा बाणा सिख दा निशान साहब है होना चाहिदा है ताकि दूरों पता लगे ये सिख है। पर एक ख्याल करो निशान साहब तद ही सकारत है जे श्री गुरु ग्रंथ साहब का प्रकाश है। जे गुरुद्वारा ही नहीं बनिया गुरुद्वारा की है जिथे गुरु का घर है गुरु गुरु आप बैठा है। जे बाणी अंदर नहीं वसी केवल बाणा बनाई बैठे हैं साडा दुखांत एहो है। गुरु ने इसे लिए आख्या कह लगे जुगत गुरु कोल है जीवन दी गुण गुणा दा बोल गुरु है पर तैनू उन्दे नाल उस दी जुगत नाल सांझ पैदा कर पाएगी। जेड़ी जुगत उन्दे कोल है ओह जुगत तेरे कोल आवे। मैं तो हैरान होना जो इतिहास पढ़ना इतिहासिक तौर पर भी देखिए ते जे गुरु दसम पातशाह जी की गल चली दसम पातशाह जी आनंदपुर छड़दे ने सरसा नदी माछीवाड़ी का जंगल साहबजादियों की शहीदी भावे चमकौर विच ते भावे सरहंद विच चलते चलते मुक्तसर चलो जे ये जीवन साढ़े विच साढ़े ते गुजरे ते भला असी उस मजबूती नाल उस शक्ति नाल अपने आप नू अडोल रख सकिए। पर क्यों नहीं रख सकते क्योंकि साढ़े अंदर गुरु नहीं गुरु है बाणी गुरु है गुण प्रभु दे गुरु दे गुण। हुण देखो जिन्हां ने गुण धारण कीते ने दूजे पासे जदों मैं गुरु सिख सिख गुरु है नू सामने रखना ते हैरान होना बंदे बहादुर ने गुरु कोलो ओ जुगत ले ली उन्दे सामने उन्दा बेटा उन्दे सामने कतल कीता गया उन्दा कलेजा कढ़िया गया दिल कढ़ के बंदे बहादुर दे मूंह विच पाया गया। इतिहास पढ़ लो ये गल घट सी फिर भी बंदा बहादुर अडोल रहा। ये अडोलता कोई उस अडोलता नालों घट सी पर एक ख्याल करो ये अडोलता आई कित्थों चमकौर दी गड़ी विचों ये अडोलता आई सरहंद दे बुरज विचों आई उथों। पर अपनाउण वाला भी धन है जिन्ने ओ अडोलता गुरु कोलों लै लई जुगत गुरु कोलों लै लई गुण गुरु कोलों लै लै। मावां दे बच्चे मीर मन्नू ने कतल कीते नेजियां ते परोए उन्हां दे टुकड़े टुकड़े कीते असी पढ़ने देखने हार बनाए गलां विच पाए मामा अडोल रही हैं ये जुगत ये गुण आए कित्थों चमकौर दी गड़ी विच्चों ये गुण आए सरहंद विच्चों सरहंद दियां दीवारां विच्चों। देखना कि ये गुरु सिख सिख गुरु है किवें बढ़ता है। हुण बंदे बहादुर दी शकल जां पहरावा ओ चेंज नहीं बीबियां बच्चियां दा जिन्हां ने अपने बच्चियां दे शीरखोर बच्चियां दे टुकड़े करा के गलां विच हार पाए ते अडोलता च रहियां उन्हां दी काया गुरु गोबिंद सिंह साहब नाल नहीं मिली पर गुण मिल गए गुण मिल गए। गुरबाणी विच्चों एक गल समझनी है साडी गुरु नाल सांझ है गुणा दी। जे असी गुरु वाले गुण अपने हिरदे विच धारण कर लवांगे तद ही साडा बाणा सकारत होवेगा। असी बाणे ते तां चर्चा करने आ रोज बाणी ते बाणी तो दूर गुण नै लै नहीं रहे ते सतगुरु ने अज दे शब्द विच एक गल आखी है ओ भलिया गुरु तां गुणा दा खजाना है।
ਉਹ ਤਾਂ ਗੁਣਾਂ ਦਾ ਬੋਲ ਲਈ ਬੈਠੇ। ਵੱਡੇ ਭਾਗੀ ਹਨ ਉਹ ਸਿੱਖ, ਵੱਡੇ ਭਾਗਾਂ ਵਾਲੇ ਹਨ ਸੁੱਖ ਜਿਹੜੇ ਗੁਰੂ ਕੋਲੋਂ ਗੁਣ ਲੈ ਲੈਂਦੇ ਨੇ। ਅੱਜ ਅਸੀਂ ਰਾਖੀ ਕਰਨੇ ਆ, ਸੰਭਾਲਨੇ ਆ, ਹਿਸਾਬ ਕਿਤਾਬ ਰੱਖਣੇ ਆ ਗੁਰਦੁਆਰਿਆਂ ਵਿੱਚ ਗੋਲਕਾਂ ਦਾ। ਜਿੰਨੀ ਵੱਡੀ ਗੋਲਕ ਹੈ ਓਨਾ ਵੱਡਾ ਗੁਰਦੁਆਰਾ ਹੈ। ਪਰ ਭਲਿਓ ਇੱਕ ਖਿਆਲ ਕਰਿਓ, ਗੁਰੂ ਤਾਂ ਗੁਣਾਂ ਦਾ ਖਜ਼ਾਨਾ ਹੈ। ਇਹੋ ਕਾਰਨ ਹੈ ਅਸੀਂ ਗੁਰਦੁਆਰੇ ਜਾ ਕੇ ਲੰਗਰ ਛਕਣ ਤੱਕ ਤੋਂ, ਕਿਉਂ ਗੋਲਕ ਨਾਲ ਬਣਨਾ ਹੈ ਲੰਗਰ ਛਕਣਾ ਹੈ। ਅਸੀਂ ਗੁਰਦੁਆਰੇ ਦੀ ਗੋਲਕ ਨਾਲ ਵੱਡੀ ਇਮਾਰਤ ਬਣਾ ਸਕਦੇ ਹਾਂ, ਵੱਡੇ ਗੁਣ ਨਹੀਂ ਬਣਾ ਸਕਦੇ। ਬੰਦੇ ਬਹਾਦਰ ਵਾਲੀ ਅਡੋਲਤਾ ਨਹੀਂ ਬਣਾ ਸਕਦੇ, ਨਹੀਂ ਬਣਾ ਸਕਦੇ। ਮੀਰ ਮੰਨੂ ਦੇ ਜਲਾਦੀ ਉਸ ਸੁਭਾਅ ਦੇ ਸਾਹਮਣੇ ਅਡੋਲ ਰਹਿਣ ਵਾਲੀ ਮਾਤਾਵਾਂ ਦੀ ਉਹ ਅਡੋਲਤਾ ਨਹੀਂ ਬਣਾ ਸਕਦੇ, ਉਹਨਾਂ ਗੋਲਕਾਂ ਨਾਲ ਨਹੀਂ ਬਣਦੀ। ਕਿਉਂਕਿ ਗੁਰੂ ਕੋਲ ਜਿਹੜਾ ਬੋਲ ਸੀ ਉਹਦੇ ਨਾਲ ਅਸੀਂ ਸਾਂਝ ਨਹੀਂ ਪੈਦਾ ਕੀਤੀ। ਅਤੇ ਸਤਿਗੁਰੂ ਨੇ ਬਾਣੀ ਅੰਦਰ ਇੱਕ ਫੈਸਲਾ ਕੀਤਾ ਹੈ, ਕਹਿਣ ਲੱਗੇ ਭਲਿਆ ਜੇ ਗੁਰੂ ਨਾਲ ਸਾਂਝ ਪੈਦਾ ਕਰਨੀ ਹੈ ਤਾਂ ਉਹ ਤਾਂ ਗੁਣਾਂ ਦੀ ਹੋਵੇ, ਸੁਭਾਅ ਦੀ ਹੋਵੇ। ਉਹ ਸੁਭਾਅ ਅਤੇ ਉਹ ਗੁਣ ਤੇਰੇ ਅਤੇ ਗੁਰੂ ਵਿੱਚ ਅਭੇਦਤਾ ਪੈਦਾ ਕਰ ਦੇਣਗੇ, ਫਿਰ ਤੂੰ ਆਖ ਸਕੇਂਗਾ ਗੁਰੂ ਸਿੱਖ, ਸਿੱਖ ਗੁਰੂ ਹੈ। ਕਿਉਂ? ਕਿਉਂਕਿ ਇੱਕੋ ਗੁਰੂ ਉਪਦੇਸ਼ ਚਲਾ ਹੈ, ਦੋਵਾਂ ਦਾ ਉਪਦੇਸ਼, ਦੋਵਾਂ ਦੀ ਵਿਚਾਰਧਾਰਾ, ਦੋਵਾਂ ਦਾ ਸਿਧਾਂਤ, ਦੋਵਾਂ ਦਾ ਰਹਿਣ ਸਹਿਣ, ਦੋਵਾਂ ਦੀ ਰਹਿਤ ਜੀਵਨ ਦੀ ਇੱਕ ਹੋ ਜਾਏਗੀ। ਜਿਉਂ ਜਿਹਾ ਗੁਰੂ ਉਹ ਜਿਹਾ ਸਿੱਖ ਹੋ ਜਾਏਗਾ, ਸੁਭਾਅ ਕਰਕੇ, ਬਾਣੀ ਕਰਕੇ, ਵਿਚਾਰਧਾਰਾ ਕਰਕੇ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਅਤੇ ਕਹਿਣ ਲੱਗੇ ਗੁਰ ਸਤਿਗੁਰ ਬੋਲੇ ਹਰ ਨਾਮ ਕਾ ਬਾਣਾ ਦੋਨਾਂ ਦੀ ਲੋੜ ਹੈ। ਪਰ ਇੱਕ ਖਿਆਲ ਕਰਿਓ, ਦੋਵਾਂ ਦੀ ਤਰਤੀਬ ਵਿੱਚ ਸਾਡੇ ਕੋਲੋਂ ਤਰਤੀਬ ਵਿੱਚ ਸਕਾਰਤ ਰੂਪ ਨਹੀਂ ਦਿੱਤਾ ਗਿਆ। ਅਸੀਂ ਬਾਣੀ ਭੁੱਲ ਗਏ, ਸਿਧਾਂਤ ਗੁਰੂ ਦਾ ਭੁੱਲ ਗਏ। ਆਖਿਆ ਸ਼ਕਲ ਗੁਰੂ ਵਰਗੀ ਬਣਾ ਲਓ, ਅਤੇ ਸ਼ਕਲ ਵੀ ਕਿਸੇ ਮੁਸ਼ੱਵਰ ਨੇ ਆਪਣੀ ਕਲਮ ਨਾਲ, ਆਪਣੀ ਸੋਚ ਨਾਲ, ਆਪਣੀ ਵਿਚਾਰ ਨਾਲ, ਆਪਣੀ ਕਲਪਨਾ ਨਾਲ ਬਣਾ ਦਿੱਤੀ। ਉਹ ਕਲਪਨਾ ਨਾਲ ਬਣੀ ਹੋਈ ਤਸਵੀਰ ਤਾਂ ਸਾਡੇ ਜੀਵਨ ਦੀ ਅਗਵਾਈ ਕਰ ਰਹੀ ਹੈ, ਫੋਟੋ ਕਰ ਰਹੀ ਹੈ। ਪਰ ਗੁਰੂ ਦੀ ਵਿਚਾਰਧਾਰਾ ਦੀ ਰੀਸ ਅਸੀਂ ਨਹੀਂ ਕਰ ਰਹੇ।
ਉੱਥੇ ਅਸੀਂ ਰੀਸ ਕਰ ਰਹੇ ਹਾਂ, ਇੱਧਰ ਰੀਸ ਨਹੀਂ ਕਰ ਰਹੇ। ਕਿਉਂ? ਕਿਉਂਕਿ ਗੁਣਾਂ ਦੀ ਸਾਂਝ ਅਸੀਂ ਪੈਦਾ ਹੀ ਨਹੀਂ ਕਰ ਰਹੇ। ਗੁਰਬਾਣੀ ਕੀ ਹੈ? ਮੇਰੇ ਮਾਲਕ ਦੇ, ਮੇਰੇ ਗੁਰੂ ਦੇ ਆਪਣੇ ਗੁਣਾਂ ਦੀ ਤਸਵੀਰ, ਸ਼ਬਦ ਗੁਣਾਂ ਦੀ ਤਸਵੀਰ। ਇਸ ਲਈ ਸ਼ਬਦ ਗੁਰੂ ਨਾਲ ਜੁੜ ਕੇ ਗੁਰੂ ਦੇ ਗੁਣਾਂ ਦੀ ਤਸਵੀਰ ਬਣ ਕੇ ਫਿਰ ਅਸੀਂ ਗੁਰੂ ਸਿੱਖ, ਸਿੱਖ ਗੁਰੂ ਵਾਲੀ ਜੁਗਤ ਪ੍ਰਾਪਤ ਕਰ ਸਕਾਂਗੇ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੇਕਾਂ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।